ਜਵਾਨਾਂ ਦੇ ਵੇਖ ਚਰਖੜਿਆ ਵਾਂਗ ਘੁੰਮਦੇ ਜ਼ੋਰ ਜਵਾਨਾਂ ਦੇ ਪੂਰੀ ਕਹਿੰਦੇ ਪੱਲੇ ਪੱਲੇ ਆਇਆ ਐਨ ਸਾਲ ਵੱਖਰਾ ਖੇਡ ਬਣਾਉਣ ਦੇ ਕਰ ਦਿੱਤਾ ਹਾਂ ਵੀਰੇ ਟੈਂਟ ਕੋਲੋਂ ਚਾਹ ਆ ਗਈ ਜਿੱਥੇ ਸੌ ਕਿਤੇ ਸਟੇਜ ਲੱਗੀ ਹੈ ਤੇ ਜਿਹਨੂੰ ਚਾਹ ਦੀ ਲੋੜ ਹੈ ਟੀਮਾਂ ਨੇ ਖੜਾਈ ਅੱਗੇ ਚਾਹ ਪੀ ਲੈਣ ਲੈ ਸਰਬਿਆ ਕੀਤੀ ਕਰਾਈ ਕਿਤੇ ਪੁੱਠੀ ਨਾ ਵਗ ਪਏ ਉਹ ਪੁੱਠੇ ਨਾ ਜਿੱਤ ਕੇ ਲੈ ਗਿਆ ਭਾਈ ਗੇਰਾ ਪਿੰਡ ਹੈ ਵੱਡੀ ਰੌਣਕ ਹੈ ਐਨ ਕਮਾਲ ਵੱਖਰਾ ਉਧਰ ਵੱਡਾ ਧੰਨਵਾਦ ਹੈ ਆਓ ਸਭ ਨੇ ਭੇਗੀ ਬਾਲ ਤੇ ਕਮਾਲ ਹੀ ਕਰ ਦਿੱਤਾ ਉਧਰ ਵੱਡਾ ਧੰਨਵਾਦ ਹੈ ਕਹਿੰਦੇ ਸਾਡੀ ਜ਼ਿੰਦਗੀ ਦੇ ਮਾਣ ਵੀਰ ਭਰਾ ਸਾਡੇ ਦਿਲੋਂ ਧੰਨਵਾਦ ਕਰਾਂਗੇ ਧੂਰੀ ਦਾ ਕਤਲ ਕਹਿੰਦੇ ਆ ਗਿਆ ਆ ਗਿਆ ਤੇ ਨਾਲ ਅੱਜ ਚਾਰ ਭੈਣ ਨਾਲ ਮਿਲ ਕੇ ਵੱਡੀਆਂ ਬਾਤਾਂ ਪੈਣ ਗਿਆ ਭਾਈ ਗੇਰੇ ਦੀ ਖੇਡ ਗਰਾਊਂਡ ਹੈ ਤੇ ਦੁਨੀਆਂ ਭਰ ਦੇ ਸਟਾਰ ਜਿਹੜੇ ਖਿਡਾਰੀ ਖੇਡ ਲਈ ਕਹਿੰਦੇ ਆਏ ਹੋਏ ਹੈ ਇਹ ਵੀ ਵੱਡੀ ਕਹਿੰਦੇ ਮੁਬਾਰਕ ਰਾਤਾ ਪਰ ਗੋਰਖਾ ਆਓ ਗੋਰਖਾ ਪਰ ਗੋਰਖਾ ਗੋਰਖਾ ਆਓ ਗੋਰਖਾ ਗੋਰਖਾ ਵਾਹ ਧੁਰੀ ਵਾਲੇ ਆਏ ਤੁਰ ਗਿਆ ਵੀ ਟੀਮ ਦੇ ਲਈ ਵੀ ਮੁੱਲ ਪੈਣ ਸਰੀਰਾਂ ਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰਸੀ ਜਾਂਦੇ ਨੇ ਮਨਮਾਨੀ ਭਾਈ ਕਰੇ ਵਾਲੇ ਜੇ ਮੁੰਡੇ ਦੀ ਬੈਟਿੰਗ ਵਧੀਆ ਲੱਗੀ ਇੱਕ ਤਾੜੀ ਜ਼ੋਰ ਨਾਲ ਮਾਰਦੇ ਮੁੰਡੇ ਦੇ ਨਾਂ ਤੇ ਬਾਵੇ ਹਰਮਨਾ ਅੱਜ ਮੇਲਾ ਹਜੇ ਪਰਿਵਾਰ ਦਾ ਤੋ ਹੁੰਦੀ ਦਾ ਪਤਾ ਨਹੀਂ ਲੱਗਦਾ ਉਹ ਟੈਬਲਾਂ ਦੇ ਨਾਲ ਨਾ ਤੂੰ ਖੇਡ ਨਾ ਕਰੋ ਉਹ ਪਾ ਪਹਿਲਾਂ ਗਿਆ ਗੋਰਿਆ ਇਹ ਕਰੇਗੀ ਉਹ ਫੌਜੀਆ ਕਰੇਗੀ ਉਹ ਫੌਜੀਆ ਪੈਣਾ ਗੋਰਿਆ ਜੇ ਨਿੰਮ ਤੇ ਕਰੇ
ਮਾਰਿਆ ਕੁੱਤਰੇ ਦੋ ਛੱਡਦੇ ਕਿ ਤਾੜੀ ਮਾਰਦੇ ਮੇਰੇ ਹੀਰੇ ਅੱਗੇ ਜੀ ਕੁੱਲੀ ਨੀ ਫਕੀਰ ਦੀ ਵਿੱਚੋਂ ਹੋ ਕੇ ਉਹਦੇ ਮੁੰਡਾ ਖਾਂਦਾ ਰਿਹਾ ਬਾਲ ਪਾਉਂਦੀ ਹਨੁਮਾਨਗੜ੍ਹ ਕਹਿੰਦੇ ਉੱਧਰ ਹਨੁਮਾਨਗੜ੍ਹ ਦੇ ਵਿੱਚ ਰੌਣਕਾਂ ਲੱਗ ਗਈਆਂ ਮੇਰੇ ਮਿੱਤਰੋ 26 ਜਨਵਰੀ ਭਰਾ ਸਾਡੇ ਕਹਿ ਰਹੇ ਆ ਇਹ ਪੁਰਜ ਹਨੁਮਾਨਗੜ੍ਹ ਦੇ ਵਿੱਚ ਮੇਲਾ ਪਰ ਪੋਪਲ ਦੇ ਲੋਕੋ ਪੋਪਲੀ ਆ ਇਹ ਪੋਪਲ ਦੇ ਕਹਿੰਦੇ ਪੋਪਲੀ ਆ ਪੂਰੀ ਪੱਲੇ ਵੱਲੋਂ ਰਹੀ ਆ ਉਧਰ ਜੇ ਸ਼ੇਰਾਂ ਵਾਲੀ ਅਜੇ ਆ ਕਹਿੰਦੇ ਜੱਟ ਫੜਨਾ ਪੈਣਾ ਇਹ ਕੋਟੜੇ ਦਾ ਮਾਣ ਆ ਬੱਲੇ 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 ਚੇਅਰਮੈਨ ਸਾਹਿਬ ਮੈਂ ਦੱਸਿਆ ਵੀ ਆਹ ਮੁੰਡਾ ਕਹਿੰਦੇ ਗੋਰੀਆਂ ਮੇਮਾਂ ਦਾ ਚਹੇਤਾ ਉਹਨਾਂ ਤੋਂ ਸਲੂਟ ਮਰਵਾਉਂਦਾ ਕਰੀ ਗੱਲ ਕੋਈ ਵੇਲੇ ਦੀ ਵੱਡੀ ਟੱਕਰ ਆ ਬਾਲ ਪੌਂਡਰੀ ਕਹਿੰਦੇ ਫੇਰ ਆਹ ਸਾਹਮਣੇ ਵਾਧਾ ਆ ਮਾਂ ਦਾ ਕੋਟੜੇ ਸ਼ਾਦਾ ਬੜੀ ਸ਼ਕਲ ਜਾ ਕੇ ਟੀਮਾਂ ਦੇ ਖਿਡਾਰੀ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਆਓ ਸਭ ਪ੍ਰੀਤ ਇਹ ਆਇਆ ਕਹਿੰਦੇ ਭਾਈ ਗੁਰਜੀਤ ਸਿੰਘ ਪਿੱਪੂ ਦੇ ਪਿੰਡੋਂ ਮੇਰੇ ਵੀਰੋ ਜ਼ਖਮ ਹਜੇ ਵੀ ਅੱਲੇ ਨੇ ਇਨਸਾਫ਼ ਦੀ ਮੰਗ ਹੈ ਵੀ ਬਰਗਾੜੀ ਦੇ ਵਿੱਚ ਇਨਸਾਫ ਮਿਲੇਗਾ ਜ਼ਰੂਰ ਰਨ 6 ਜੁੜ ਗਿਆ ਕਾਸਕੋ ਕ੍ਰਿਕਟ ਥਾਂਦੇ ਵਾਲੇ ਤੇ ਅੱਜ ਦੇ ਟੂਰਨਾਮੈਂਟ ਦੀ ਅਪਡੇਟ ਕੀਤੀ ਜਾ ਰਹੀ ਹੈ ਸਿੱਧੂ ਦੀ ਯਾਦ ਦੇ ਵਿੱਚ 2000 ਦੇ ਦਿਆਂਗੇ ਕਾਲੇ ਨੂੰ 3 ਛੱਕਿਆਂ ਦਾ ਉਹ ਭਾਈ ਰੁਪੇ ਵਾਲੇ ਉਹ ਭਾਈ ਰੁਪੇ ਵਾਲਿਆ ਪੱਖ ਤੇਰਾ ਪੂਰਦੀ ਜੇ ਗੱਲ ਹੁੰਦੀ ਮੇਰੇ ਵੱਸ ਦੀ ਗੱਲ ਹੁੰਦੀ ਦੀਪਿਆ ਜੇ ਮੇਰੇ ਵੱਸ ਦੀ ਕਦੇ ਰਾਜੇ ਖੇਲੇ ਨੇ ਕਿਹਾ ਕਾਲੇ ਧਨੌਲੇ ਦੇ ਲਈ ਵੀ ਕਾਲਿਆਂ ਦੇ ਧਨ ਟਾਈਗਰ ਖੇਡ ਦੇ ਬਣਾ ਕੇ ਬਿਜਲੀ ਦੀ ਵਾਲ ਆਓ ਸਾਹਮਣੇ ਟਾਈਗਰ ਗੋਰੀ ਆ ਮੁੰਡਾ ਚੇਅਰਮੈਨ ਸਾਹਿਬ ਇਸ ਇਲਾਕੇ ਦਾ ਮਾਣ ਹੈ ਪਰ ਇਹਨੂੰ ਘਰ ਦੀ ਮਜਬੂਰੀ ਲੈ ਕੇ ਬਹਿ ਗਈ ਇਹਦੀ ਮੰਮੀ ਦੀ ਡੈਥ ਹੋਈ ਹੈ ਜੋਬ ਕਰਦਾ ਹੈ ਜਦੋਂ ਕ੍ਰਿਕਟ ਖੇਡਣੀ ਹੁੰਦੀ ਹੈ ਪਹਿਲਾਂ 24 ਘੰਟੇ ਕੰਮ ਕਰਕੇ ਆਉਂਦਾ ਇੱਕ ਦਿਨ ਤੇ ਇੱਕ ਰਾਤ ਲਾ ਕੇ ਫੇਰ ਜਾ ਕੇ ਇਹਨੂੰ ਛੁੱਟੀ ਮਿਲਦੀ ਹੈ 2 ਮੋਟਰਸਾਈਕਲ ਜਿੱਤੇ ਆ ਇੱਕ ਤਾੜੀ ਗੋਰੀ ਖੁੱਬਾਂ ਦੇ ਨਾਂ ਤੇ ਸਾਰੀ ਸਾਹ ਸੰਗਤ ਮਾਰੇਗੀ ਮੇਰੇ ਵੀਰ ਇੱਕ ਸਟਰੈਗਲ ਕੀਤਾ ਮੁੰਡੇ ਨੇ ਇੱਕ ਕਬੀਲਦਾਰੀ ਵਿੱਚੋਂ ਉੱਠ ਕੇ ਤੇ ਇਹਦੇ ਵਰਗਾ ਪਲੇਅਰ ਲਾਗੇ ਭਰ ਦੇ ਵਿੱਚ ਨਹੀਂ ਹੈ ਜੇ ਮੁੰਡੇ ਨੂੰ ਪੂਰੀ ਮਿਹਨਤ ਲੱਗ ਜੇ ਨਾ ਜਿਹੜੀਆਂ ਜ਼ਿੰਮੇਵਾਰੀਆਂ ਥੋੜੀਆਂ ਜਿਹੀਆਂ ਘੱਟ ਹੋਣ ਕਿਤੇ ਤੇ ਗੋਰੀ ਵਰਗਾ ਪਲੇਅਰ ਇਹ ਆ ਏਰੀਆ ਵੀ ਜਾਣਦਾ ਲੈ ਵੀ ਤੁਸੀਂ ਜਾਣਦੇ ਵੀ ਗੋਰੀ ਵਰਗਾ ਪਲੇਅਰ ਲਾਗੇ ਭਰ ਵਿੱਚ ਨਹੀਂ ਹੈ ਰਤਨਪੁਰ ਦੀ ਟੀਮ ਹੈ ਕਿ ਆਸਟ੍ਰੇਲੀਆ ਵਾਲਾ ਬਾਲ ਪਾਉਣ ਦੇ ਲਈ ਉਹ ਗੋਰੀ ਹੈ ਗੁਰਵਿੰਦਰ ਸਿੰਘ ਧਮਾਣ ਹੈ ਵੀ ਉਂਗਲੀ ਫੜ ਕੇ ਬਾਪੂ ਦੀ ਬਸ ਜਿਹੜੇ ਮੇਲੇ ਦੇਖ ਲਏ ਟੱਬਰ ਦਾ ਇਤਫਾਕ ਨਹੀਂ ਮੁੜਨਾ ਹੈ ਜੋ ਕੱਠਿਆ ਚੁੱਲ੍ਹੇ ਸੇਕ ਲਏ ਚੇਲੀ ਮਨਜੀਤਪੁਰੀ ਟੁੱਟੀਆਂ ਸਾਂਝ ਪਿਆਰ ਦੀਆਂ ਲੜੀਆਂ ਹੈ ਉਹ ਮੌਜਾਂ ਭੁੱਲਦੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ ਆਓ ਸਾਹਮਣੇ ਮੁੰਡਾ ਆਸਟ੍ਰੇਲੀਆ ਵਾਲਾ ਆ ਗਿਆ ਖੇਡ ਮੈਦਾਨ ਦੇ ਅੰਦਰ ਪਹਿਲੀ ਬਾਲ ਪਾਉਣ ਦੇ ਲਈ ਮੇਰੇ ਵੀਰੋ ਤੋੜੀ ਪਈ ਆ ਆ ਜੀਰਾ ਚਿੱਤ ਕਰੇ ਖੇਡ ਜਾਂਦਾ ਹੈ ਹਰੇਕ ਆ ਜ਼ਿੰਦਗੀ ਦੀ ਲੁੱਟ ਹੋ ਗਈ ਬੜੀ ਪਈ ਆ ਬਾਲ ਫੇਰ ਪੈ ਗਈ ਆ ਓ ਪੱਲੇ ਪੱਲੇ ਓ ਤਾੜੀ ਮਾਰ ਦਿਓ ਇਹ ਮੁੰਡਾ ਰਾਜਸਥਾਨੀ ਹੈ ਆ ਮੁੰਡਾ ਰਾਜਸਥਾਨੀ ਬੱਲੇ ਬੱਲੇ ਕਰਾ ਗਿਆ ਹੈ 1 ਓਵਰ ਤੇ 14 1 ਓਵਰ ਤੇ 14 ਬਾ ਓਏ ਨੌਜਵਾਨਾ ਵੀ ਤਾੜੀ ਖੁੱਲ ਕੇ ਮਾਰ ਦਿਓ ਗੱਲ ਦਿਲ ਵਿੱਚ ਰੱਖਿਓ ਨਾ ਕਿਸਕੇ ਅੱਜ ਤੈਨੂੰ ਉੱਤਰ ਕਰਾਂਗੇ ਸੱਜਰੇ ਸ਼ਰੀਕ ਬਣ ਕੇ ਆ ਬੱਲੇ 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 ਆ ਕਿਹੜੇ ਭਰਥਲੇ ਵਾਲਾ ਭਰਥਲੇ ਵਾਲਾ ਭਰਥਲੇ ਵਾਲਾ ਆਖਿਆ ਕਰੇਗੀ ਅੱਖ ਲੜ ਲੈਣ ਦੇ ਉਹ ਭਰਥਲੇ ਵਾਲਾ ਗੋਲੂ ਹੈ ਆ ਖਿਡਾਰੀ ਤੇ ਸਲਾਣੇ ਵਾਲਾ ਕਰਨ ਮਾਰ ਕਰਦਾ ਹੈ ਜਿਨ੍ਹਾਂ ਨੇ ਮੇਰੀ 7 ਸਾਲ ਦੀ ਬੱਚੀ ਹੈ ਜਿਹਨੂੰ ਬਲੱਡ ਕੈਂਸਰ ਹੈ ਤੇ ਉਹਦਾ ਬਲੱਡ ਹਫ਼ਤੇ ਬਾਅਦ ਚੇਂਜ ਕਰਵਾਉਣਾ ਪੈਂਦਾ ਚੇਅਰਮੈਨ ਸਾਹਿਬ
ਉਹਦਾ ਬਲੱਡ ਉਹਨਾਂ ਹੱਥੇ ਬਾਅਦ ਚੇਂਜ ਕਰਵਾਉਣਾ ਪੈਂਦਾ ਹੈ ਤੇ ਉਹਦੇ ਜਿਹੜੇ ਚੇਂਜ ਕਰਨ ਦੇ ਜਿਹੜਾ ਖਰਚਾ ਆਉਂਦਾ ਮੈਡੀਕਲ ਜਾਂਦੇ ਵੀਰ ਆਵਾਜਾਈ ਉੱਥੋਂ ਖਰਚਾ ਹੈ ਜਿਹੜਾ ਘਰ ਦਾ ਗੁਜ਼ਾਰਾ ਇਹਦੇ ਕੋਲ ਹੋਰ ਪੂੰਜੀ ਦਾ ਕੋਈ ਸਾਧਨ ਨਹੀਂ ਆ ਡੰਡ ਮਾਰ ਕੇ ਤੇ ਬੱਚੀ ਦਾ ਇੱਕ ਹਫ਼ਤੇ ਬਾਅਦ ਬਲੱਡ ਚੇਂਜ ਕਰਵਾਉਂਦਾ ਹੈ ਉਹ ਮੁੱਕਦੀ ਗੱਲ ਇਹ ਹੈ ਇਹ ਬਾਈ ਕਹਿੰਦਾ ਕਿ ਜਦੋਂ ਤੱਕ ਮੇਰੇ ਸਾਹ ਚੱਲਣਗੇ ਨਾ ਤੇ ਮੇਰੀ ਬੱਚੀ ਦੇ ਸਾਹ ਚੱਲਣਗੇ ਇੱਕ ਤਾੜੀ ਮਾਰ ਦਿਓ ਤੇ ਜਿੰਨੇ ਜੋਗੇ ਆਪਾਂ ਹੈਗੇ ਆ ਇਹਦੀ ਵੱਧ ਤੋਂ ਵੱਧ ਆਪਾਂ ਮਦਦ ਜ਼ਰੂਰ ਕਰਨੀ ਹੈ ਹੈਲਪ ਜ਼ਰੂਰ ਕਰਨੀ ਹੈ ਇਹਨੂੰ ਨਹੀਂ ਦੇ ਰਹੇ ਉਹ ਬੱਚੀ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਕਿ ਤਾੜੀ ਮਾਰੋ ਯਾਰ ਇਹਦੇ ਹੌਸਲੇ ਦੇ ਲਈ ਯਾਰ ਉਹ ਪ੍ਰਮਾਤਮਾ ਅਗਰ ਅਰਦਾਸ ਕਰੀ ਵੀ ਬੱਚੀ ਆਪਣੇ ਨੂੰ ਹੱਸੇ ਖੇਡੇ ਆਪਣੇ ਨੂੰ ਦੁਨੀਆ ਮਾਣੇ ਵੀ ਐਨ ਉਹਨੂੰ ਭੋਰਾ ਨਾ ਚਾਵੇ ਇਹ ਦੰਡ ਲਾਵੇ ਉਦੋਂ ਵਾਰ ਕਚਹਿਰੀ ਚ ਗੇੜਾ ਲਾਵੇਗਾ ਆਪਾਂ ਸਨਮਾਨ ਕਰਨਾ ਇਹਦਾ ਜਿੰਨਾ ਵੀ ਹੋ ਸਕੇ 100 50 100 200 ਕੁਝ ਨਹੀਂ ਹੋਣਾ ਆਪਾਂ ਨੂੰ ਬੱਚੀ ਦੇ ਇਲਾਜ ਲਈ ਕਾਕੇ ਬਸ ਕਰ ਮੈਂ ਸ਼ੁਰੂ ਕਰਾਈ